ਹਰ ਕੋਈ ਬੱਚਾ ਬੁੱਢਾ ਅਤੇ ਜਵਾਨ ਮੱਖਣ ਖਾਣ ਦਾ ਸ਼ੌਕੀਨ ਜ਼ਰੂਰ ਹੁੰਦਾ ਹੈ, ਪਰ ਅੱਜ ਤੁਹਾਨੂੰ ਜੋ ਅਸੀਂ ਵੀਡੀਓ ਦਿਖਾਉਣ ਜਾ ਰਹੇ ਹਾਂ ਉਸਨੂੰ ਦੇਖ ਕੇ ਸ਼ਾਇਦ ਤੁਸੀਂ ਮੱਖਣ ਖਾਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋਗੇ। ਚਲੋ ਹੁਣ ਤੁਹਾਨੂੰ ਇਹ ਵੀਡੀਓ ਦਿਖਾ ਹੀ ਦਿੰਦੇ ਹਾਂ। ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਥੋੜ੍ਹਾ ਧਿਆਨ ਮਾਰੋ ਸਾਹਮਣੇ ਪਏ ਮੱਖਣ ਦੇ ਵੱਡੇ ਪੀਸ ਵੱਲ, ਅਤੇ ਹੁਣ ਇੱਕ ਨਜ਼ਰ ਮਾਰੋ ਦੀਵਾਰ ਦੇ ਨਾਲ ਪਈਆਂ ਇਹਨਾਂ ਛੋਟੀਆਂ ਡੱਬੇ ਵੱਲ ਜਿਸ ਵਿੱਚ ਮੱਖਣ ਪੈਕ ਕੀਤਾ ਹੋਇਆ, ਅਤੇ ਇਹਨਾਂ ਦੀ ਪੈਕਿੰਗ 'ਤੇ ਅਮੁੱਲ ਕੰਪਨੀ ਦਾ ਮਾਰਕਾ ਲੱਗਿਆ ਹੋਇਆ ਹੈ। ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕਹੋਗੇ ਕਿ ਇਸ ਵਿੱਚ ਅਜਿਹੀ ਕੀ ਖਾਸ ਗੱਲ ਹੈ ਜੋ ਇਸ ਨੂੰ ਵਾਰ ਵਾਰ ਦਿਖਾਇਆ ਜਾ ਰਿਹਾ ਹੈ, ਪਰ ਤੁਸੀਂ ਸੱਚ ਜਾਣ ਕੇ ਥੋੜ੍ਹਾ ਹੈਰਾਨ ਜ਼ਰੂਰ ਹੋਵੋਗੇ। ਅਸਲ ਵਿੱਚ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਮੱਖਣ ਨਕਲੀ ਤਿਆਰ ਕੀਤਾ ਜਾ ਰਿਹਾ ਹੈ ਜੋ ਸਿਹਤ ਲਈ ਕਾਫ਼ੀ ਹਾਨੀਕਾਰਕ ਸਾਬਤ ਹੋ ਸਕਦਾ ਹੈ, ਪਰ ਇਸ ਵੀਡੀਓ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਸਾਡਾ ਚੈਨਲ ਕੋਈ ਵੀ ਦਾਅਵਾ ਨਹੀਂ ਕਰਦਾ। ਪਰ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਮੱਖਣ ਖਾ ਰਹੇ ਹੋ ਤਾਂ ਜ਼ਰਾ ਧਿਆਨ ਦਿਓ ਤਾਂ ਜੋ ਤੁਸੀਂ ਵੀ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੋ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।